ਆਹ ਚੌਂਕ 'ਚ ਖੜ੍ਹੇ ਸੀਗੇ ਭਾਅ ਜੀ, ਦੋ ਮਿੰਟ ਆਹ ਜਵਾਲਾ ਸਿੰਘ ਚੌਂਕ 'ਚ, ਮੈਂ ਦੋ ਮਿੰਟ ਸ਼ੋਪ 'ਤੇ ਗਿਆ ਦੁਕਾਨ 'ਚ ਅਤੇ ਸਮਾਨ ਜਿਹਾ ਲੈਣ, ਮੁੰਡਾ ਕਹਿੰਦਾ ਸਰਫ ਜਿਹਾ ਖਤਮ ਹੋਇਆ, ਮੈਂ ਸਰਫ ਲੈਣ ਗਿਆ, ਬਾਹਰੋਂ ਚੋਰ ਰੇੜ ਕੇ ਲੈ ਕੇ ਜਾਣ ਰਿਹਾ ਐਕਟਿਵਾ, ਗੱਡੀ ਚੋਰੀ ਹੋ ਗਈ ਆ ਦਿੱਲੀ ਦੇ ਵਿੱਚ। ਹਾਂਜੀ, ਫਿਰ ਇੱਕ ਭਰਾ ਦੀ ਐਕਟਿਵਾ ਵੀ ਲੈ ਗਿਆ ਡੈਰੀ ਤੋਂ ਬਾਹਰ, ਕਾਰਵਾਈ ਇਹੀ ਆ, ਪੂਰੀ ਕਾਰਵਾਈ ਠੋਕ ਕੇ ਹੋਣੀ ਚਾਹੀਦੀ ਹੈ ਇਹਦੇ ਤੇ ਇੱਦਾਂ ਦੇ। ਜੇਬ ਚੋਂ ਸਰ ਕੈਪਸੂਲ ਵਗੈਰਾ ਕਾਫੀ ਨਿਕਲੇ ਆ। ਅੱਛਾ ਜੀ। ਹਾਂਜੀ, ਨਾਲ ਗੋਲੀਆਂ ਵਗੈਰਾ ਕਾਫੀ ਲਿਫਾਫਾ ਵਾ ਭਰਿਆ, ਉਹ ਪੁਲਿਸ ਨੂੰ ਹਵਾਲੇ ਕਰਤਾ ਵਾ। ਨਹੀਂ ਇਕੱਲਾ ਸੀਗਾ ਸਰ, ਜਦੋਂ ਇਹਦੇ ਮੈਂ ਛੱਡੀਆਂ 4-5, ਫੇਰ ਕਹਿੰਦਾ ਨਾਲ ਮੇਰੇ ਮੁੰਡਾ ਵੀ ਸੀਗਾ। ਬੁੱਧਵਾਰ 4 ਵਜੇ ਦੇ ਕਰੀਬ ਲੁਧਿਆਣਾ ਦੇ ਥਾਣਾ ਹੈਬੋਲ ਅਧੀਨ ਚੌਂਕੀ ਜਗਤਪੁਰੀ ਨੇੜੇ ਜਵਾਲਾ ਸਿੰਘ ਚੌਂਕ ਐਕਟਿਵਾ ਤੇ ਇੱਕ ਨੌਜਵਾਨ ਦੁਕਾਨ ਤੇ ਸਰਫ ਲੈਣ ਲਈ ਆਉਂਦਾ ਹੈ ਤਾਂ ਉਸਦੀ ਐਕਟਿਵਾ ਇੱਕ ਚੋਰ ਵੱਲੋਂ ਰੇੜ ਕੇ ਲਿਜਾਈ ਜਾਂਦੀ ਹੈ ਤਾਂ ਜਦੋਂ ਉਸਦਾ ਧਿਆਨ ਪੈਂਦਾ ਤਾਂ ਮੌਕੇ ਤੇ ਭੱਜ ਕੇ ਅਤੇ ਉੱਥੇ ਖੜ੍ਹੇ ਲੋਕਾਂ ਵੱਲੋਂ ਚੋਰ ਨੂੰ ਫੜ ਲਿਆ ਜਾਂਦਾ ਅਤੇ ਮੌਕੇ ਤੇ ਪੁਲਿਸ ਨੂੰ ਸੱਦਿਆ ਜਾਂਦਾ ਅਤੇ ਚੋਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਉੱਧਰ ਹੀ ਸਕੂਟਰ ਮਾਲਕ ਅਤੇ ਪੁਲਿਸ ਅਧਿਕਾਰੀ ਨੇ ਕੀ ਕਿਹਾ ਤੁਸੀਂ ਵੀ ਸੁਣੋ। ਮੇਰਾ ਨਾਂ ਅਰਜੁਨ ਵਰਮਾ। ਕੀ ਮਾਮਲਾ ਕੀ ਹੋਇਆ ਜਿਹੜਾ ਤੁਸੀਂ ਚੌਂਕ ਆਏ ਹੋ? ਆਹ ਚੌਂਕ 'ਚ ਖੜ੍ਹੇ ਸੀਗੇ ਭਾਅ ਜੀ, ਦੋ ਮਿੰਟ ਆਹ ਜਵਾਲਾ ਸਿੰਘ ਚੌਂਕ 'ਚ, ਮੈਂ ਦੋ ਮਿੰਟ ਸ਼ੋਪ 'ਤੇ ਗਿਆ ਦੁਕਾਨ 'ਚ ਅਤੇ ਸਮਾਨ ਜਿਹਾ ਲੈਣ, ਮੁੰਡਾ ਕਹਿੰਦਾ ਸਰਫ ਜਿਹਾ ਖਤਮ ਹੋਇਆ, ਮੈਂ ਸਰਫ ਲੈਣ ਗਿਆ, ਬਾਹਰੋਂ ਚੋਰ ਰੇੜ ਕੇ ਲੈ ਕੇ ਜਾਣ ਰਿਹਾ ਐਕਟਿਵਾ ਤੁਹਾਡੀ। ਹਾਂਜੀ ਹਾਂਜੀ, ਫਿਰ ਭੱਜ ਕੇ ਫਟਾਫਟ ਫੜਿਆ, ਘੱਟ ਤੋਂ ਘੱਟ ਥੋੜ੍ਹਾ ਜਿਹਾ ਕਾਫੀ ਅੱਗੇ ਲੈ ਗਿਆ ਸੀਗਾ ਐਕਟਿਵਾ ਸਾਡੀ, ਉੱਥੇ ਨਾਲ ਮੁੰਡੇ ਵੀ ਖੜ੍ਹੇ ਸੀਗੇ, ਉਹਨਾਂ ਨੇ ਕਾਫੀ ਸਾਥ ਦਿੱਤਾ। ਹਾਂਜੀ, ਲੋਕ ਖੁੱਲ੍ਹਾ ਸੀਗਾ, ਹੈਂਡਲ ਲੋਕ ਲੱਗ ਨਹੀਂ ਗਿਆ। ਹਾਂ, ਇੱਕ ਸੈਕਿੰਡ ਲਈ ਗਿਆ ਸੀਗਾ, ਮੈਂ ਕਿਹਾ ਚੱਲ ਸਮਾਨ ਹੀ ਲੈਣਾ ਵਾ, ਉਹ ਤਾਂ ਕੁਦਰਤੀ ਮੇਰੀ ਨਿਗਾਹ ਪੈ ਗਈ, ਭੱਜ ਕੇ ਫਟਾਫਟ ਉਹਦੇ ਮਗਰ ਗਿਆ ਮੈਂ। ਅੱਛਾ। ਹਾਂਜੀ, ਤੇ ਫਿਰ ਮੌਕੇ ਤੇ ਫਿਰ ਕਿਹਨੂੰ ਬੁਲਾਇਆ ਸੀ? ਮੌਕੇ ਤੇ ਫਿਰ ਪੁਲਿਸ ਨੂੰ ਫੋਨ ਕੀਤਾ ਵਾ, ਪੁਲਿਸ ਥਾਣਾ ਜਗਤਪੁਰੀ ਫੋਨ ਕੀਤਾ, ਫਿਰ ਉਹਨਾਂ ਨੇ ਆ ਕੇ ਕਰਾਇਆ। ਹਾਂ, ਫਿਰ ਪਹਿਲਾਂ ਫਿਰ ਮੈਂ ਆਪਣੇ ਬ੍ਰਦਰ ਨੂੰ ਫੋਨ ਕੀਤਾ ਵਾ, ਫਿਰ ਬ੍ਰਦਰ ਆਇਆ ਮੇਰਾ, ਫਿਰ ਨਾਲ ਹੀ ਜਗਤਪੁਰੀ ਚੌਂਕੀ ਫੋਨ ਕੀਤਾ। ਇੱਥੇ ਕੀ ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਛੋਟੀ ਜਿਹੀ ਨਗੇਲੀ ਵੀ ਆਪਣੀ ਜਿਹੜਾ ਆਪਣਾ ਬਹੁਤ ਵੱਡਾ ਨੁਕਸਾਨ ਕਰਵਾ ਸਕਦੀ, ਕਿਉਂਕਿ ਕੋਈ ਬੰਦਾ ਚੀਜ਼ ਲੈਂਦਾ ਬੜੀ ਮਿਹਨਤ ਨਾਲ ਉਹ ਚੀਜ਼ ਲੈਂਦਾ, ਕੋਈ ਐਸੇ ਬੰਦੇ ਲੈ ਕੇ ਜਾਂਦੇ ਉਹਦੇ ਕਿਤੇ ਨਾ ਕਿਤੇ ਪਿੱਛੇ ਨਗੇਲੀ ਵੀ ਹੋ ਸਕਦੀ ਜਿਹੜਾ ਲੋਕ ਨਹੀਂ ਲਾਇਆ ਜਾਂ ਕੀ ਹੋ ਸਕਦਾ, ਕੀ ਲੱਗਦਾ ਤੁਹਾਨੂੰ? ਹਾਂਜੀ ਭਾਅ ਜੀ, ਹੁਣ ਇੱਦਾਂ ਦੇਖਿਆ ਜਾਵੇ ਤਾਂ ਬੱਚੋ ਭਰਾਵਾ, ਜਿੰਨੇ ਵੀ ਆਪਣੇ ਵਹੀਕਲ ਆ ਸਾਰੇ ਭਰਾ ਸਾਰੇ ਆਪਣੇ ਸੇਵ ਕਰਕੇ ਰੱਖੋ। ਸੀਗਾ ਜੀ, ਅੱਗੇ ਵੀ ਤੁਹਾਡੀ ਕੋਈ ਗੱਡੀ ਵਰਜ ਗਈ ਆ? ਹਾਂਜੀ, ਪਹਿਲਾਂ ਸਾਡੀ ਇੱਕ ਇੱਦਾਂ ਗੱਡੀ ਚੋਰੀ ਹੋ ਗਈ ਆ। ਅੱਛਾ ਜੀ, ਦਿੱਲੀ ਦੇ ਵਿੱਚ। ਅੱਛਾ। ਹਾਂਜੀ, ਫਿਰ ਇੱਕ ਭਰਾ ਦੀ ਐਕਟਿਵਾ ਵੀ ਲੈ ਗਿਆ ਡੈਰੀ ਤੋਂ ਬਾਹਰ। ਅੱਛਾ। ਹਾਂਜੀ, ਤੇ ਹੁਣ ਚੋਰ ਫੜ ਲਿਆ ਹੋਇਆ? ਹਾਂਜੀ, ਚੋਰ ਫੜ ਲਿਆ, ਪੁਲਿਸ ਦੇ ਹਵਾਲੇ ਕਰਤਾ ਜੀ। ਅੱਛਾ, ਤੁਸੀਂ ਕਾਰਵਾਈ ਹੁਣ ਕੀ ਕਾਰਵਾਈ ਕੀ ਮੰਗ ਕਰਦੇ ਹੋ ਜੀ? ਕਾਰਵਾਈ ਇਹੀ ਆ, ਪੂਰੀ ਕਾਰਵਾਈ ਠੋਕ ਕੇ ਹੋਣੀ ਚਾਹੀਦੀ ਇਹਦੇ ਤੇ, ਇੱਦਾਂ ਦੇ ਚੋਰਾਂ ਦੇ। ਛੇੜੀਆਂ ਤੋਂ ਵਿੱਚੋਂ ਸਰ ਕੈਪਸੂਲ ਵਗੈਰਾ ਕਾਫੀ ਨਿਕਲੇ ਆ। ਅੱਛਾ ਜੀ। ਹਾਂਜੀ, ਨਾਲ ਗੋਲੀਆਂ ਵਗੈਰਾ ਕਾਫੀ ਲਿਫਾਫਾ ਵਾ ਭਰਿਆ, ਉਹ ਪੁਲਿਸ ਨੂੰ ਹਵਾਲੇ ਕਰਤਾ ਵਾ। ਨਹੀਂ ਇਕੱਲਾ ਸੀਗਾ ਸਰ, ਜਦੋਂ ਇਹਦੇ ਮੈਂ ਛੱਡੀਆਂ 4-5, ਫੇਰ ਕਹਿੰਦਾ ਨਾਲ ਮੇਰੇ ਮੁੰਡਾ ਵੀ ਸੀਗਾ, ਦੋ ਤਿੰਨ ਮੁੰਡੇ ਵੀ ਸੀਗੇ। ਉਹ ਮੁੰਡਾ ਮਿਲਿਆ ਕਿ ਨਹੀਂ? ਨਹੀਂ, ਉਹ ਭੱਜ ਗਏ ਸੀਗੇ ਜੀ, ਇਹੀ ਫੜਿਆ ਮੈਂ ਇਕੱਲਾ। ਇਹ ਕਿੱਥੇ ਦਾ ਰਹਿਣਾ ਦੱਸਿਆ ਨੇ ਕਿੱਥੇ? ਹਾਂਜੀ, ਇਹਦੀ ਚੂੜਪੁਰ ਰੋਡ ਦਾ ਰਹਿਣ ਵਾਲਾ ਵਾ, ਆਧਾਰ ਕਾਰਡ ਨਿਕਲਿਆ ਇਹਦੀ ਜੇਬ 'ਚੋਂ, ਉਹ ਪੁਲਿਸ ਦੇ ਹਵਾਲੇ ਕਰਤਾ ਜੀ। ਚੋਰ ਸੀਗਾ ਮੁੰਡਾ, ਐਕਟਿਵਾ ਚੱਕ ਕੇ ਭੱਜਿਆ ਇਹਨਾਂ ਦੀ। ਅੱਛਾ ਜੀ। ਤੇ ਅਸੀਂ ਕੁਦਰਤੀ ਮੌਕੇ ਤੇ ਸੀ, ਭਾਈ ਹੁਣ ਦੀ ਹੈਲਪ ਨਾਲ ਫੜਿਆ ਉਹਨੂੰ। ਠੀਕ ਹੈ ਜੀ, ਤੇ ਹੁਣ ਉਹ ਕਿੱਥੇ ਲੈ ਕੇ ਚੱਲੇ ਜੀ? ਚੌਂਕੀ ਜਗਤਪੁਰੀ ਲਿਆਂਦਾ। ਠੀਕ ਹੈ ਜੀ, ਤੇ ਬਣਦੀ ਕਾਰਵਾਈ ਕਰਾਂਗੇ ਸਰ। ਇਹ ਨਸ਼ੇੜੀ ਨਸ਼ੂੜੀ ਵੀ ਆ? ਉਹ ਤਾਂ ਹੁਣ ਹੋਊਗੀ ਉਹਦੀ। ਬਿਲਕੁਲ ਬਿਲਕੁਲ, ਮੌਕੇ ਤੇ ਫੜਿਆ।